أعوذ بالله من الشيطان الرجيم بسم الله الرحمن الرحيم السلام عليكم ورحمة الله وبركاته معزز ناظرین میں ہوں منظور شہزاد اور آپ دیکھ رہے ہیں میرا یوٹیوب چینل اور اس وقت میرے ساتھ وطن عزیز پاکستان کے بڑے نامور ٹک ٹاکر بڑے سٹار ماشاءاللہ شہدو ویلا صاحب اس وقت میرے ساتھ موجود ہیں السلام علیکم وعلیکم السلام جی شہدو بھائی کتنے عرصہ کے لیے آئے ہیں پاکستان پہلے تو جی آپ کا بہت بہت شکریہ آپ کے یوٹیوب چینل کا بہت بہت شکریہ کہ آپ نے مجھے اس قابل سمجھا کہ آپ نے قیمتی ٹائم نکالا ہے اصل میں سٹار ہم لوگ نہیں ہیں آپ لوگ سٹار ہیں جی پنجابی چ کہندے نے کہ اصل تے تسی حقدار ہو کہ جڑے لوکاں کول انی گرمی چ جا کے لوکاں دی ویڈیو بناندے ہو میں تے اس گلو تہاڈا شکریہ ادا کراں شہدو بھائی اللہ تعالی نے تہانوں بڑی عزتاں تو نوازیا ماشاءاللہ پوری دنیا دے اندر اللہ تعالی تہانوں عزت عطا فرمائی ہے کدی سوچیا سی کہ اتنا اچھا وقت آئے گا جی اللہ تعالیٰ دی دین ہے جی سوچیا تے کدی نہیں سی لیکن اس رب دی ذات تے توقع سی رب دی ذات تے یقین سی کہ ایک دن آئے گا کہ سانوں بھی کوئی خوشی نصیب ہوئے گی اللہ تعالیٰ ساڈی بھی کامیابی دی دعا قبول کرے گا تے ہو گئی جب پہلی ویڈیو تہاڈی وائرل ہوئی سی ادوں تہانوں کتنی خوشی ہوئی سی جی انسان نوں جدو کامیابی لبھدی ہے پھر اس نوں بڑی خوشی ہوندی ہے کیونکہ بندہ بلندی والی طرف جا رہا ہوندا ہے کیونکہ پہلے انسان دے حالات ہور ہوندے نے جدو انسان وائرل ہوندا ہے اس ٹائم انسان دی خوشی دے جذبات اور اظہار ہور ہوندے اے شہدو بھائی منزل کی تہاڈی منزل ای ہے جی کہ اللہ تعالیٰ بہت کچھ دوے تے میں اپنے کول نہ رکھاں میں غریب بچیاں نوں دواں جی سن اسی تھے آئے تہاڈے محلے پتہ لگا ماشاءاللہ دو ٹرک آٹے دے اور اس طرح غریب یتیم بچیاں دی تسی بہت زیادہ مدد کر رہے ہو ਅਤੇ ਮੈਂ ਤਾਂ ਬਲਕਿ ਨਾਜ਼ਰੀਨ ਨੂੰ ਵੀ ਆਖਾਂਗਾ ਕਿ ਇਸ ਹਵਾਲੇ ਨਾਲ ਸ਼ਹਿਦੂ ਬਾਈ ਦਾ ਜਿਹੜਾ ਤੁਸੀਂ ਭਰਪੂਰ ਸਾਥ ਦਿਓ ਔਰ ਸ਼ਹਿਦੂ ਬਾਈ ਮਜ਼ੀਦ ਪਾਕਿਸਤਾਨ ਦੇ ਵਿੱਚ ਕਿਤਨਾ ਅਰਸਾ ਤੁਹਾਡੀ ਮਸਰੂਫੀਅਤ ਬਹੁਤ ਜ਼ਿਆਦਾ ਇਟਲੀ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਅਤੇ ਫਿਰ ਇੱਥੇ ਬੋਰੀਅਤ ਨਹੀਂ ਮਹਿਸੂਸ ਕਰਦੇ ਯਾਨੀ ਇਤਨੇ ਜ਼ਿਆਦਾ ਤੁਹਾਡੇ ਮੁਹੱਬਤ ਕਰਨ ਵਾਲੇ ਹੁਣ ਵੀ ਕਾਫੀ ਲੋਕ ਮੌਜੂਦ ਹਨ ਜੀ ਮੈਂ ਸਭ ਨੂੰ ਟਾਈਮ ਦਿੰਦਾ ਜਿਹੜਾ ਬੰਦਾ ਵੀ ਮੇਰੇ ਘਰ 'ਚ ਆਉਂਦਾ ਮੇਰੇ ਜ਼ਿਲ੍ਹੇ ਸਰਗੋਧੇ 'ਚ ਜਿਹੜਾ ਵੀ ਆਉਂਦਾ ਮੈਂ ਇਨਸ਼ਾਅੱਲਾ ਮੈਂ ਜਿਤਨੀ ਵੀ ਆਡੀਅੰਸ ਹੈ ਮੈਂ ਉਹਨਾਂ ਦਾ ਸਾਰਿਆਂ ਦਾ ਨੌਕਰ ਹੱਥ ਬੰਨ ਕੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੇਰੇ ਕੁਝ ਦੋਸਤ ਨੇ ਮੇਰੇ ਯਾਰ ਦੋਸਤ ਜਿਹੜੇ ਛੁੱਟੀ ਲੈ ਕੇ ਆ ਜਾਂਦੇ ਨੇ ਇਹ ਮੇਰੇ ਦੋਸਤ ਨੇ ਸਾਊਥ ਅਫਰੀਕਾ ਹੁੰਦੇ ਨੇ ਸਫਦਰ ਪਟਵਾਰੀ ਬਾਈ ਇਹ ਵੀ ਆ ਗਏ ਨੇ ਗਰਮੀਆਂ 'ਚ ਮੈਂ ਵੀ ਆ ਗਿਆ ਜਿਸ ਤਰ੍ਹਾਂ ਮੈਂ ਲੋਕਾਂ ਨੂੰ ਮਿਲ ਰਿਹਾ ਨਾਲੇ ਵੀ ਟਾਈਮ ਦਿੰਦੇ ਨੇ ਮੇਰੇ ਕਜ਼ਨ ਨੇ ਸੇਠ ਆਸਫ ਸਾਹਿਬ ਉਹ ਵੀ ਮੇਰੇ ਨਾਲ ਹੁੰਦੇ ਨੇ ਮੇਰਾ ਭਤੀਜਾ ਹਸਨ ਰਜ਼ਾ ਸਾਡਾ ਸਾਰਾ ਦਿਨ ਹੀ ਵਰਕ ਹੁੰਦਾ ਜੀ ਔਰ ਮੈਂ ਮੇਰੇ ਦਰਵਾਜ਼ੇ 'ਤੇ ਕੋਈ ਵੀ ਆਉਂਦਾ ਉਹ ਮੇਰੇ ਨਾਲ ਵੀਡੀਓ ਬਣਾ ਕੇ ਜਾਂਦਾ ਜੀ ਇਤਨੀ ਇਤਨੀ ਦੂਰ ਤੋਂ ਬੰਦੇ ਆਉਂਦੇ ਨੇ ਔਰ ਇਹਦੇ ਵਿੱਚ ਸਭ ਨਾਲ ਜ਼ਿਆਦਾ ਮੇਰੀ ਵਾਲਦਾ ਮੋਹਤਰਮਾ ਔਰ ਮੇਰੇ ਵੱਡੇ ਭਾਈ ਦਾ ਹੱਥ ਹੈ ਕਿ ਮੇਰੇ ਵੱਡੇ ਭਾਈ ਨੂੰ ਜਦੋਂ ਪਤਾ ਲੱਗਦਾ ਫਿਰ ਉਹ ਬੈਠਕ ਖੋਲ੍ਹਦੇ ਨੇ ਅੰਦਰ ਬੰਦਿਆਂ ਨੂੰ ਬਿਠਾਉਂਦੇ ਨੇ ਪਾਣੀ ਛਾਣੀ ਪਿਆਉਂਦੇ ਨੇ ਉਹਨਾਂ ਨੂੰ ਉਦੋਂ ਤੱਕ ਬਿਠਾਉਂਦੇ ਨੇ ਜਦੋਂ ਤੱਕ ਮੈਂ ਘਰ ਨਹੀਂ ਆਉਂਦਾ ਮੈਂ ਕਿਸੇ ਵੀ ਮੀਟਿੰਗ 'ਚ ਹੋਵਾਂ ਕਿਸੇ ਵੀ ਜਲਸੇ 'ਚ ਹੋਵਾਂ ਜਾਂ ਕਿਸੇ ਵੀ ਈਵੈਂਟ 'ਤੇ ਹੋਵਾਂ ਮੈਂ ਜਦੋਂ ਆ ਜਾਂਦਾ ਮੈਂ ਉਹਨਾਂ ਬੰਦਿਆਂ ਨਾਲ ਵੀਡੀਓ ਬਣਾ ਕੇ ਖਾਣਾ ਖਵਾ ਕੇ ਅਤੇ ਫਿਰ ਭੇਜਦਾ ਜੀ ਸ਼ਹਿਦੂ ਬਾਈ ਅੱਲਾਹ ਤਾਲਾ ਨੇ ਤੁਹਾਨੂੰ ਇਤਨਾ ਨਵਾਜ਼ਿਆ ਮਸਲਨ ਸੋਸ਼ਲ ਮੀਡੀਆ ਤੋਂ ਤੁਸੀਂ ਲੱਖਾਂ ਰੁਪਏ ਕਮਾ ਰਹੇ ਹੋ ਉਸ ਪੈਸੇ ਦਾ ਇਸਤੇਮਾਲ ਕੀ ਕਰ ਰਹੇ ਹੋ ਜੀ ਉਹ ਪੈਸਾ ਮੇਰੇ ਘਰ ਨਹੀਂ ਜਾਂਦਾ ਹੈ ਮੈਂ ਆਪਣੇ ਘਰ ਸਿਰਫ ਆਪਣੀ ਤਨਖਾਹ ਲੈ ਕੇ ਜਾਂਦਾ ਉਹ ਪੈਸਾ ਲੋਕ ਵੇਖਦੇ ਵੀ ਨੇ ਲੇਕਿਨ ਇਹ ਵੇ ਕਿ ਮੈਂ ਇਹਦੀ ਵੀਡੀਓ ਜਾਰੀ ਨਹੀਂ ਕਰਦਾ ਮੈਂ ਆਪਣੀ ਯਤੀਮ ਬੱਚੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਜ਼ਿਲ੍ਹੇ ਸਰਗੋਧੇ 'ਚ ਮੇਰੀਆਂ ਸਾਰੀਆਂ ਭੈਣਾਂ ਨੇ ਮੇਰੀਆਂ ਮਾਵਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਮੀਆਂ ਨੀਆਂ ਫੌਤ ਹੋ ਚੁੱਕੇ ਨੇ ਦੁਨੀਆ ਤੋਂ ਚਲੇ ਗਏ ਨੇ
ਮੈਂ ਉਹਨਾਂ ਆਪਣੀਆਂ ਭੈਣਾਂ ਵਾਸਤੇ, ਉਹਨਾਂ ਘਰਾਂ ਵਾਸਤੇ ਮੈਂ ਜਨਾਬ ਜੋ ਕੁਝ ਮੈਂ ਕਰਦਾ ਵਾਂ, ਮੈਂ ਕਦੀ ਵੀ ਸੋਸ਼ਲ ਮੀਡੀਆ ਦਾ ਪੈਸਾ ਆਪਣੇ ਤੱਕ ਨਹੀਂ ਰੱਖਿਆ। ਇਟਲੀ ਤੋਂ ਇਲਾਵਾ ਦੁਨੀਆ ਦੇ ਕਿਤਨੇ ਮੁਮਾਲਿਕ ਜਾ ਚੁੱਕੇ? ਮੈਂ ਤਕਰੀਬਨ ਕੋਈ 25 ਤੋਂ 26 ਕੰਟਰੀਆਂ 'ਚ ਯੂਰਪ 'ਚ ਜਾ ਚੁੱਕਿਆ ਜੀ। ਅੱਛਾ, ਮਾਸ਼ਾਅੱਲਾ। ਅਤੇ ਸ਼ਾਇਦ ਭਾਈ ਆਵਾਮ ਦੇ ਨਾਂ ਕੋਈ ਪੈਗਾਮ, ਖਾਸ ਤੌਰ 'ਤੇ ਜਿਹੜੇ ਤੁਹਾਡੇ ਮੁਹੱਬਤ ਕਰਨ ਵਾਲੇ ਨੇ, ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਉਹਨਾਂ ਨੂੰ ਪੈਗਾਮ ਇਹ ਦੇਣਾ ਚਾਹੁੰਦਾ ਵਾਂ ਕਿ ਜਦੋਂ ਕਿਸੇ ਵੀ ਮੰਜ਼ਿਲ 'ਤੇ ਟੁਰਨਾ ਹੋਵੇ ਤਾਂ ਬੜੀ ਮੁਸ਼ਕਲ ਆਉਂਦੀ ਹੈ, ਕਦੀ ਵੀ ਕਿਸੇ ਦੇ ਫੇਮ 'ਤੇ ਨਾ ਜਾਓ, ਆਪਣੇ ਪੈਰਾਂ 'ਤੇ ਖੁਦ ਖੜ੍ਹੇ ਹੋਵੋ। ਅੱਲਾਹ ਤਾਲਾ ਇੱਕ ਦਿਨ ਐਸਾ ਜ਼ਰੂਰ ਲਿਆਉਂਦਾ ਕਿ ਤੁਹਾਡਾ ਪੂਰੀ ਦੁਨੀਆ 'ਚ ਨਾਮ ਹੁੰਦਾ, ਜਿੱਥੇ ਉਹ ਕਿਸ ਤਰ੍ਹਾਂ ਸ਼ੇਰ ਹੈ, ਕਾਰੀ ਖਾਲਸ ਸਾਹਿਬ ਸਨ ਚੱਕਵਾਲ ਦੇ ਫੌਤ ਹੋ ਚੁੱਕੇ ਨੇ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੀ ਜਗ੍ਹਾ ਦੇ, ਬਹੁਤ ਅੱਛੇ ਨਾਥ ਖਾਨ ਸਨ, ਕਾਫੀ ਸ਼ੇਰ ਪੜ੍ਹਦੇ ਸਨ ਉਹ ਨਾਥ ਦੇ ਵਿੱਚ ਕਿ ਬੰਦਾ ਕੌਣ ਕਿਸੇ ਨੂੰ ਕੁਝ ਦੇ ਸਕਦਾ ਹੈ, ਇੱਕ ਸਿਰਫ ਦੁਆ ਕਰ ਸਕਦਾ ਹੈ, ਹੋਵੇ ਸੱਜਣ ਅਤੇ ਸੱਜਣ ਦੇ ਰੂਪੇ ਅੰਦਰ ਸਾਰੀ ਉਮਰ ਵਫਾ ਕਰ ਸਕਦਾ ਹੈ, ਮੰਗਣਾ ਹੀ ਤਾਂ ਸੁਣੇ ਰੱਬ ਕੋਲ ਮੰਗ, ਜਿਹੜਾ ਅਸਲ ਅਤਾ ਕਰ ਸਕਦਾ ਹੈ, ਜਿਹੜਾ ਖੂਹ ਵਿੱਚੋਂ ਕੱਢ ਕੇ ਯੂਸਫ ਨੂੰ ਸਾਰੇ ਮਿਸਰ ਦਾ ਸ਼ਾਹ ਕਰ ਸਕਦਾ ਹੈ। ਅਤੇ ਆਪਣੇ ਆਪ 'ਤੇ ਯਕੀਨ ਹੋਣਾ ਚਾਹੀਦਾ ਹੈ, ਕਦੀ ਕਿਸੇ ਦੀ DP ਨਾ ਲਾਓ, ਕਦੀ ਕਿਸੇ ਦੀ ਤਸਵੀਰ ਚੁੱਕ ਕੇ ਨਾ ਲਾਓ, ਆਪਣੇ ਆਪ ਨੂੰ ਇਤਨਾ ਕਿ ਤੁਸੀਂ ਮਜ਼ਬੂਤ ਕਰੋ, ਤੁਹਾਨੂੰ ਅੱਲਾਹ ਦੀ ਜ਼ਾਤ 'ਤੇ ਯਕੀਨ ਹੋਣਾ ਚਾਹੀਦਾ ਹੈ, ਤੁਸੀਂ ਜਿਹੜਾ ਵੀ ਕੰਮ ਕਰੋ ਤੁਸੀਂ ਰਸਤੇ ਨੂੰ ਚੀਰ ਕੇ ਅੱਗੇ ਲੰਘ ਜਾਓ, ਬੰਦਾ ਖੁਦ ਹੀ ਸਟਾਰ ਹੋ ਜਾਂਦਾ। ਸਰ ਆਖਰੀ ਕੁਐਸਚਨ ਤੁਹਾਡੇ ਤੋਂ ਸ਼ੈਦੂ ਭਾਈ, ਕਿ ਅੱਜ ਤੁਹਾਡੇ ਨਾਂ ਤੋਂ ਪਰਫਿਊਮ ਲਾਂਚ ਹੋਇਆ, ਮੈਂ ਤਾਂ ਨਹੀਂ ਸੁਣਿਆ ਕਿਸੇ ਟਿਕਟੋਕ ਸਟਾਰ ਦੇ ਨਾਂ ਦੇ ਉੱਤੇ ਕੋਈ ਪਰਫਿਊਮ ਲਾਂਚ ਹੋਵੇ, ਔਰ ਉਹ ਵੀ ਦੁਬਈ ਦੇ ਅੰਦਰ। ਸਰ ਆਸਫ ਸਾਹਿਬ ਅਗਰ ਥੋੜ੍ਹਾ ਵਿਖਾ ਸਕੋ ਤਾਂ ਬਹੁਤ ਬਹੁਤ ਸ਼ੁਕਰੀਆ ਜੀ, ਥੋੜ੍ਹਾ ਇਸ ਦੇ ਬਾਰੇ ਦੱਸਿਓ, ਔਰ ਕੰਪਨੀ ਦੀ ਤੁਹਾਨੂੰ ਕੀ ਹਦਾਇਤ ਮਿਲੀਆਂ ਨੇ, ਇਹ ਅੱਜ ਹੀ ਮੇਰੇ ਖਿਆਲ ਤੁਹਾਨੂੰ ਤੋਹਫਾ ਜਿਹੜਾ ਮਿਲਿਆ, ਅਤੇ ਇਸ ਦੇ ਬਾਰੇ ਥੋੜ੍ਹਾ ਸਨ ਰਨ ਮਾਈਕਰੋ ਥੋੜ੍ਹਾ ਸ਼ਾਇਦ ਬਾਈ ਇਸਨੂੰ ਖੋਲ੍ਹ ਕੇ ਨਾ ਜਜ਼ਾ ਕਰ। ਬੜੀ ਖੁਸ਼ ਨਸੀਬੀ ਹੈ ਕਿ ਮੈਂ ਅਜੇ ਤੱਕ ਇਹਦੇ 'ਤੇ ਵੀਡੀਓ ਕੋਈ ਨਹੀਂ ਬਣਾਈ। ਇਹ ਜਨਾਬ ਅਲ ਸਿਰਾਜ ਕੰਪਨੀ ਹੈ, ਦੁਬਈ ਦੇ ਵਿੱਚ ਸਭ ਨਾਲ ਵੱਡੀ ਕੰਪਨੀ, ਬਹੁਤ ਬਹੁਤ ਮਸ਼ਹੂਰ, ਔਰ ਇਹਨਾਂ ਦਾ ਪਰਫਿਊਮ ਪੂਰੀ ਦੁਨੀਆ 'ਚ, ਇਹਨਾਂ ਦੀਆਂ ਖੁਸ਼ਬੂਆਂ, ਉਹਨਾਂ ਨੇ ਮੇਰਾ ਇੱਕ ਪਰਫਿਊਮ ਕੱਢਿਆ ਸ਼ੈਦੂ ਵਿਹਲੇ ਦੇ ਨਾਂ ਤੋਂ, ਜਿਹੜਾ ਤੁਸੀਂ ਖਰੀਦ ਸਕਦੇ ਹੋ, ਤੁਸੀਂ ਉਹਦੀ ਆਪਣਾ ਡਿਲੀਵਰੀ ਬੁੱਕ ਕਰਾ ਸਕਦੇ ਹੋ, ਤੁਸੀਂ ਉਹਨਾਂ ਨੂੰ ਆਰਡਰ ਕਰ ਸਕਦੇ ਹੋ। ਤੁਸੀਂ ਗੂਗਲ 'ਤੇ ਜਾ ਕੇ ਲਿਖਣਾ ਅਲ ਸਿਰਾਜ ਕੰਪਨੀ, ਲਿਖੋਗੇ ਦੁਬਈ ਦੀ ਆ ਜਾਏਗੀ। ਇਹ ਜਨਾਬ ਅਲ ਸਿਰਾਜ ਕੰਪਨੀ ਦਾ ਮਾਸ਼ਾਅੱਲਾ ਮੋਨੋਗ੍ਰਾਮ ਉੱਤੇ ਵੇ, ਕੈਮਰਾਮੈਨ ਵਿਖਾਣਗੇ ਮਾਸ਼ਾਅੱਲਾ। ਇਹ ਜੀ ਮੈਂ ਓਪਨ ਕਰਦਾ ਵਾਂ ਮਾਸ਼ਾਅੱਲਾ ਮਾਸ਼ਾਅੱਲਾ। ਇਹ ਪਰਫਿਊਮ 'ਤੇ ਮੇਰੀ ਤਸਵੀਰ ਹੈ, ਇਹਨਾਂ ਨੇ ਇੱਕ ਅਤਰ ਵੀ ਬਣਵਾਇਆ, ਔਰ ਇਹਦੇ ਵਿੱਚ ਬਾਡੀ ਸਪਰੇ ਵੀ ਹੈ, ਔਰ ਇਹ ਪਰਫਿਊਮ 'ਤੇ ਮੇਰੀ ਤਸਵੀਰ ਹੈ, ਇਹ ਉਹਨਾਂ ਦਾ ਮੋਨੋਗ੍ਰਾਮ ਹੈ, ਔਰ ਤੁਸੀਂ ਰਿਸਰਚ ਕਰ ਸਕਦੇ ਹੋ। ਤੁਸੀਂ ਗੂਗਲ 'ਤੇ ਜਾਓਗੇ, ਅਲ ਸਿਰਾਜ ਕੰਪਨੀ ਲਿਖੋਗੇ, ਅਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ। ਮੇਰੇ ਨਾਮ ਦਾ ਪਰਫਿਊਮ ਹੈ, ਔਰ ਮੇਰੇ ਤੋਂ ਅੱਛੇ ਅੱਛੇ ਵੀ ਟਿਕਟੋਕਰ ਨੇ, ਅੱਲਾਹ ਤਾਲਾ ਸਭ ਨੂੰ ਜ਼ਿੰਦਗੀ ਦੇ। ਮੈਂ ਜ਼ਿਲ੍ਹੇ ਸਰਗੋਧੇ ਦਾ ਇੱਕ ਐਸਾ ਟਿਕਟੋਕਰ ਹਾਂ ਜਿਹਨੂੰ ਪਾਕਿਸਤਾਨੀਆਂ ਨੇ ਇੰਨਾ ਪਸੰਦ ਕੀਤਾ। ਪਹਿਲੇ ਮੇਰੇ ਨਾਮ ਦਾ ਪਾਪੜ ਆਇਆ ਸੀ ਜਿਹਦਾ ਨਾਮ ਸੀ ਸ਼ੈਦੂ ਚਸਕਾ, ਅੱਜ ਮੇਰੇ ਨਾਮ ਦਾ ਪਰਫਿਊਮ ਲਾਂਚ ਹੋ ਗਿਆ ਸ਼ੈਦੂ ਵਿਹਲੇ ਦੇ ਨਾਮ ਦਾ। ਮੈਂ ਬੜਾ ਖੁਸ਼ ਹਾਂ, ਔਰ ਮੈਂ ਮਸ਼ਕੂਰ ਹਾਂ ਅਲ ਸਿਰਾਜ ਕੰਪਨੀ ਦੁਬਈ, ਉਹਨਾਂ ਦੇ ਓਨਰ ਸ਼ਾਹਿਦ ਸਾਹਿਬ, ਉਹਨਾਂ ਦਾ ਮੈਂ ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਉਹਨਾਂ ਨੇ ਮੈਨੂੰ ਇਤਨੀ ਇੱਜ਼ਤ ਦਿੱਤੀ ਹੈ। ਅੱਲਾਹ ਤਾਲਾ ਉਹਨਾਂ ਨੂੰ ਇਸ ਕੰਮ ਦੇ ਵਿੱਚ ਇਤਨੀ ਬੁਲੰਦੀਆਂ 'ਤੇ ਲੈ ਕੇ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਸ਼ੈਦੂ ਦੇ ਨਾਮ ਦਾ ਬ੍ਰਾਂਡ ਕੱਢਿਆ। ਔਰ ਇਨਸ਼ਾਅੱਲਾ ਮਜ਼ੀਦ ਵੀਡੀਓ ਮਾਲ ਆਫ ਸਰਗੋਧਾ ਕੋਲ ਜਾ ਰਹੇ ਹਾਂ, ਤੁਹਾਨੂੰ ਉੱਥੇ ਵੀਡੀਓ। ਸ਼ੈਦੂ ਭਾਈ ਹੁਣ ਸ਼ੈਦੂ ਵਿਹਲੇ ਤਾਂ ਨਹੀਂ, ਤੁਹਾਡੇ ਨਾਲ ਸ਼ੈਦੂ ਮਸਰੂਫ ਹੋਣਾ ਚਾਹੀਦਾ, 10 ਦਿਨ ਬਾਅਦ ਤਾਂ ਮੈਨੂੰ ਟਾਈਮ ਮਿਲਿਆ।
ਜੀ ਇੰਝ ਸਮਝ ਲਵੋ, ਕਿਉਂਕਿ ਇਨਸਾਨ ਦੀ ਮਸਰੂਫੀਅਤ ਵੱਧ ਜਾਂਦੀਆਂ ਨੇ ਜਦੋਂ ਇਨਸਾਨ ਥੋੜ੍ਹਾ ਜਿਹਾ ਵਾਇਰਲ ਹੁੰਦਾ ਹੈ। ਲੇਕਿਨ ਮੈਂ ਤਮਾਮ ਜਿਤਨੇ ਵੀ ਆਡੀਅੰਸ ਨੇ, ਮੇਰੀਆਂ ਮਾਵਾਂ ਭੈਣਾਂ, ਉਹਨਾਂ ਵਾਸਤੇ ਮੈਂ ਅੱਜ ਵੀ ਹਾਜ਼ਰ ਹਾਂ ਜੀ। ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਹਾਨੂੰ ਹੋਰ ਇਸਤਾਂ ਤਾਂ ਫਰਮਾਏ, ਅੱਲਾਹ ਤਾਲਾ ਤੁਹਾਨੂੰ ਕਾਮਯਾਬੀਆਂ ਤਾਂ ਫਰਮਾਏ। ਸਰ, ਤੁਹਾਡੀ ਬੜੀ ਗਹਿਰੀ ਦੋਸਤੀ, ਸ਼ਹਿਦ ਵੇਲਾ ਸਾਹਿਬ ਦੇ ਬਾਰੇ ਕੁਛ ਚੰਦ ਰਿਮਾਰਕਸ। ਸ਼ਹਿਦ ਵੇਲਾ ਇੱਕ ਐਸੀ ਚੀਜ਼ ਹੈ ਜੀ ਜਿਹੜੇ ਹਰ ਬੰਦਾ ਇਹਨੂੰ ਸਮਝ ਨਹੀਂ ਸਕਦਾ, ਇੰਨੇ ਪਿਆਰ ਵਾਲਾ, ਇਖਲਾਕ ਵਾਲਾ ਬੰਦਾ ਹੈ ਕਿ ਕੋਈ ਵੀ ਆਦਮੀ 10 ਮਿੰਟ ਗੱਲ ਕਰੇਗਾ ਤਾਂ ਉਹ ਇਹਨਾਂ ਦਾ ਫੈਨ ਹੋ ਜਾਏਗਾ। ਅੱਲਾਹ ਪਾ ਕੇ ਇਹਨਾਂ ਦੀ ਜ਼ਿੰਦਗੀ ਕਰੇ ਅਤੇ ਤੰਦਰੁਸਤੀ ਦੇਵੇ, ਅਤੇ ਆਵਾਮ ਵਾਸਤੇ ਵੀ ਬਹੁਤ ਪਿਆਰ ਕਰਦੇ ਅਤੇ ਆਵਾਮ ਇਹਨਾਂ ਨੂੰ ਵੀ ਬਹੁਤ ਪਿਆਰ ਕਰਦੀ, ਅਤੇ ਸਦਾ ਸਲਾਮਤ ਰਹਿਣ, ਅਤੇ ਜਿਹੜੇ ਕੰਮ ਕਰ ਰਹੇ ਨੇ ਬਹੁਤ ਅੱਛੇ ਕੰਮ ਕਰ ਰਹੇ ਨੇ, ਗਰੀਬਾਂ ਦੀ ਹੈਲਪ ਕਰਦੇ ਨੇ ਬਗੈਰ ਦੱਸਿਓ ਪੁੱਛਿਓ, ਯਾਨੀ ਕਿ ਉਹਨੂੰ ਮੀਡੀਆ 'ਤੇ ਨਹੀਂ ਲਿਆਉਂਦੇ, ਅਤੇ ਇਹ ਸਭ ਤੋਂ ਵੱਡੀ ਇਹ ਗੱਲ ਹੈ ਜੀ। ਅਤੇ ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਅਤੇ ਆਪਣੇ ਮਕਸਦ। ਅਸਲਾਮ ਅਲੈਕੁਮ ਸ਼ਹਿਦ ਭਾਈ। ਵਾਲੇਕੁਮ ਅਸਲਾਮ। ਅੱਜ ਆਪਕੋ ਬਹੁਤ ਬਹੁਤ ਮੁਬਾਰਕ। ਤੁਹਾਨੂੰ ਪੰਜਾਬੀ 'ਚ ਗੱਲ ਕਰੀ, ਜ਼ਿਆਦਾ ਤੁਸੀਂ ਕੰਫਰਟੇਬਲ ਹੋ ਜੀ ਜੀ ਜੀ। ਅਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਹੋਵੇ। ਔਰ ਪਾਕਿਸਤਾਨ ਦੇ ਵਿੱਚ ਕੋਈ ਐਸਾ ਟਿਕਟੋਕ ਸਟਾਰ ਨਹੀਂ ਜਿਹਦੇ ਨਾਂ ਦੇ ਉੱਤੇ ਪਰਫਿਊਮ ਲਾਂਚ ਕੀਤਾ ਗਿਆ ਹੋਵੇ, ਔਰ ਉਹ ਵੀ ਦੁਬਈ ਤੋਂ ਅਲ ਸਰਾਜ ਕੰਪਨੀ ਨੇ। ਮਾਸ਼ਾਅੱਲਾ, ਬਹੁਤ ਬਹੁਤ ਮੁਬਾਰਕ ਹੋਵੇ। ਖੈਰ ਮੁਬਾਰਕ। ਪਹਿਲੇ ਤਾਂ ਮੈਂ ਆਪਣੀ ਭੈਣ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ ਕਿ ਟਿਕਟੋਕ 'ਤੇ ਕਾਫੀ ਸਟਾਰ ਲੜਕੀਆਂ ਨੇ, ਔਰ ਇੱਕ ਰਿਸ਼ਤਾ ਐਸਾ ਹੁੰਦਾ ਜਿਹੜਾ ਭੈਣ ਭਰਾ ਦਾ। ਇਹ ਮੇਰੀ ਭੈਣ ਹੈ ਜੱਟੀ ਪੰਜਾਬ ਦੀ, ਔਰ ਰੇਲ 'ਚ ਮੈਨੂੰ ਇੰਨਾ ਕੁ ਪਿਆਰ ਕਰਦੀ ਹੈ ਕਿ ਮੇਰਾ ਇੱਕ ਇੱਕ ਮਿੰਟ ਦਾ ਇਟਲੀ ਦੇ ਵਿੱਚ ਮੈਨੂੰ ਪੁੱਛਦੀ ਹੈ ਸ਼ਾਇਦ ਕੈਸਾ ਹਾਲ ਹੈ ਤੇਰਾ, ਠੀਕ ਹੈ। ਔਰ ਮੇਰਾ ਅੱਜ ਪਰਫਿਊਮ ਲਾਂਚ ਹੋਇਆ ਦੁਬਈ ਦੇ ਵਿੱਚ, ਅਲ ਸਰਾਜ ਕੰਪਨੀ ਵਾਲਿਆਂ ਨੇ ਕੀਤਾ ਜਨਾਬ। ਇਹਦਾ ਨਾਮ ਵੀ ਪਰਫਿਊਮ ਦਾ, ਸ਼ਹਿਦ ਵੇਲਾ। ਅਤੇ ਅੱਜ ਮੈਨੂੰ ਸਪੈਸ਼ਲ ਮੁਬਾਰਕ ਦੇਣ ਲਾਹੌਰ ਤੋਂ ਵੀ ਆਏ ਨੇ ਇੱਥੇ, ਔਰ ਅਲ ਸਰਾਜ ਕੰਪਨੀ ਦਾ ਸ਼ੁਕਰੀਆ ਅਦਾ ਕਰਨ ਆਈਏ। ਇਸ ਟਾਈਮ ਜਿਹੜਾ ਨਾ ਜੀ, ਮੇਰੀ ਭੈਣ ਦੇ ਰੌਲੇ ਨੇ ਟਿਕਟੋਕ ਦੇ ਉੱਤੇ ਜੱਟੀ ਪੰਜਾਬ ਦੀ ਛਾਈ ਹੈ, ਨਾਲ ਮੇਰੇ ਪਿਆਰੇ ਭਾਈ ਪਾਕਿਸਤਾਨ ਆਫ ਬ੍ਰੈਂਡ, ਬ੍ਰੈਂਡ ਆਫ ਕੋਟ ਮੋਮਨ ਖਾਲਿਸ਼ ਰਾਣਾ ਸਾਹਿਬ, ਇਹ ਸਪੇਨ ਤੋਂ ਨੇ, ਇਹ ਵੀ ਤਸ਼ਰੀਫ ਲਿਆਏ ਨੇ ਅੱਜ। ਅਸੀਂ ਇਸ ਟਾਈਮ ਮਾਲ ਆਫ ਸਰਗੋਧਾ ਦੇ ਵਿੱਚ ਖਲੋਤੇ ਹਾਂ। ਮੇਰੀ ਜਦੋਂ ਤੱਕ ਮੇਰੀ ਜਾਨ ਹੈ, ਇਨਸ਼ਾਲਾ ਇਹ ਜਿਤਨੀ ਆਡੀਅੰਸ ਹੈ ਸਾਨੂੰ ਉੱਤੋਂ ਵੀਡੀਓ ਸਭ ਦੀ ਬਣਾ ਰਿਹਾ, ਮੈਂ ਸਰਗੋਧੇ ਵਾਸਤੇ ਮੇਰੀ ਜਾਨ ਵੀ ਹਾਜ਼ਰ ਹੈ। ਮੈਂ ਆਪਣੇ ਸਰਗੋਧੇ ਨੂੰ ਪ੍ਰਮੋਟ ਕੀਤਾ ਖਾਲਿਸ਼ ਰਾਣਾ ਬਾਈ ਨੇ, ਇਹ ਵੀ ਸਪੇਨ 'ਚ ਰਹਿੰਦੇ ਨੇ, ਇਹਨਾਂ ਨੇ ਸਪੇਨ 'ਚ ਰਹਿ ਕੇ ਸਰਗੋਧੇ ਨੂੰ ਪ੍ਰਮੋਟ ਕੀਤਾ। ਇਹ ਮੇਰੀ ਭੈਣ ਲਾਹੌਰ 'ਚ, ਲੇਕਿਨ ਇਤਨਾ ਕੁ ਪਿਆਰ ਸਰਗੋਧੇ ਨੂੰ ਕਰਦੀ ਹੈ। ਅਤੇ ਤੁਹਾਨੂੰ ਅੱਜ ਗੁਫ਼ਤਗੂ ਸੁਣਾਵਾਂਗੇ ਜਿਹੜੀ ਲਾਈਵ 'ਤੇ ਵੀ ਬਹਿੰਦੀ ਹੈ, ਜਿਹੜੀ ਮੈਚ ਵੀ ਲੋਕਾਂ ਨੂੰ ਧੋਂਦੀ ਹੈ, ਲੋਕਾਂ ਦੇ ਮੂੰਹ ਵੀ ਕਾਲੇ ਕਰਦੀ ਹੈ। ਇਹ ਜੱਟੀ ਪੰਜਾਬ ਦੀ, ਜੱਟੀ ਪੰਜਾਬ ਦੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸਰਗੋਧਾ ਆਉਣਾ ਸਾਡੇ ਵਾਸਤੇ ਬੜਾ ਕਾਬਲੇ ਫਖਰ ਹੈ, ਔਰ ਬਿਲਖਸੂਸ ਸਾਡੇ ਸਰਗੋਧਾ ਦੇ ਬੜੇ ਨਾਮਵਰ ਨਾਮੀ ਗ੍ਰਾਮੀ ਸਟਾਰ ਸ਼ਹਿਦ ਵੇਲਾ ਸਾਹਿਬ, ਉਹਨਾਂ ਦੀ ਦਾਵਤ 'ਤੇ ਤੁਸੀਂ ਤਸ਼ਰੀਫ ਲਿਆਇਓ। ਇਸ ਤਕਰੀਬ ਦੇ ਵਿੱਚ ਸ਼ਿਰਕਤ ਕਰਕੇ ਕੈਸਾ ਲਗਾ? ਮੈਨੂੰ ਬਹੁਤ ਅੱਛਾ ਲਗਾ ਆ ਕੇ, ਔਰ ਇਹ ਪਰਫਿਊਮ ਕੇ ਸਪੈਸ਼ਲੀ ਲਾਂਚਿੰਗ ਕੇ ਲਈ ਮੈਨੂੰ ਬਹੁਤ ਅੱਛਾ ਲਗਾ। ਅੱਲਾ ਇਸੇ ਔਰ ਤਰੱਕੀਆਂ ਦੇ ਔਰ ਖੁਸ਼ ਰੱਖੇ, ਔਰ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ, ਔਰ ਮੈਂ ਬੜਾ ਇੰਜੋਏ ਕਰ ਰਹੀ ਹਾਂ ਸ਼ਹਿਦੂ ਕੇ ਸਾਥ ਇਸ ਟਾਈਮ। ਕਬ ਸੇ ਆਪ ਇਸ ਫੀਲਡ ਮੇ? ਮੁਝੇ ਡੇਢ ਸਾਲ ਹੋਣੇ ਵਾਲਾ ਹੈ ਇਸ ਫੀਲਡ ਮੇ ਆਏ। ਲੇਕਿਨ ਡੇਢ ਸਾਲ ਮੇ ਆਪਨੇ ਇਤਨਾ ਨਾਮ ਕਮਾਇਆ, ਮਾਸ਼ਾਅੱਲਾ, ਕਿਤਨਾ ਫਖਰ ਹੋਤਾ ਹੈ। ਬਸ ਐਸੇ ਹੀ ਹੈ, ਅੱਲਾ ਜਿਸੇ ਇੱਜ਼ਤ ਦੇ, ਬਸ ਇਹੀ ਬਾਤ ਹੈ, ਔਰ ਤਾਂ ਕੁਛ ਨਹੀਂ ਹੈ, ਖਾਸ ਬਾਤ ਕੋਈ ਨਹੀਂ ਹੈ, ਬਾਕੀ ਬਸ ਅਹਲੇ ਸਰਗੋਧਾ ਕੇ ਨਾਮ ਕੋਈ ਖਾਸ ਪੈਗਾਮ ਦੇਣਾ ਚਾਹੀਦਾ। ਸਰਗੋਧਾ ਸ਼ਾਹੀਨੋ ਕਾ ਸ਼ਹਿਰ ਹੈ, ਜ਼ਾਹਿਰ ਸੀ ਬਾਤ ਹੈ, ਸ਼ਹੀਨੋ ਕਾ ਸ਼ਹਿਰ ਹੈ, ਇਹ ਤਾਂ ਸਾਰੀ ਦੁਨੀਆ ਕੋ ਪਤਾ ਹੈ। ਮਾਸ਼ਾਅੱਲਾ ਬਹੁਤ ਅੱਛੇ ਸਰਗੋਧੇ ਕੇ ਲੋਕ, ਬਹੁਤ ਅੱਛੇ ਹੈ, ਬੜਾ ਪਿਆਰ ਕਰਤੇ ਹੈ, ਬਹੁਤ ਨਾਈਸ ਹੈ, ਥੈਂਕ ਯੂ। ਬਸ ਸ਼ਹਿਦ ਵੇਲੇ ਭਾਈ, ਆਪ ਮਜ਼ੀਦ ਕੁਛ ਕਹਿਣਾ ਚਾਹੁੰਦੇ? ਮੈਂ ਤਾਂ ਇੱਕ ਗੱਲ ਕਰਨੀ ਚਾਹੁੰਦਾ ਜੀ, ਦੁਨੀਆ ਦੇ ਵਿੱਚ ਐਸੇ ਐਸੇ ਮਾਲ ਨੇ ਜਿਹੜੇ ਮੈਂ ਫਿਰੇ ਨੇ,
ਪੂਰੇ ਯੂਰਪ 'ਚ ਬੜੇ ਅੱਛੇ ਨੇ, ਪੂਰੀ ਦੁਨੀਆ 'ਚ, ਔਰ ਸਪੇਨ ਵੀ ਗਏ, ਫਰਾਂਸ ਵੀ, ਬੈਲਜੀਅਮ ਵੀ, ਹਰ ਜਗ੍ਹਾ। ਲੇਕਿਨ ਜੋ ਇਸ ਟਾਈਮ ਮਾਲ ਆਫ ਸਰਗੋਧਾ ਛਾਇਆ, ਇਹਦੀ ਸਭ ਨਾਲ ਵੱਡੀ ਜਿਹੜੀ ਇਹਦੀ ਕੁਆਲਿਟੀ ਮੈਨੂੰ ਅੱਛੀ ਲੱਗੀ ਹੈ, ਜਾਂ ਇੱਥੇ ਡਿਸਿਪਲਿਨ ਅੱਛਾ ਲੱਗਿਆ। ਇੱਥੇ ਸਾਡੀ ਮਾਵਾਂ ਭੈਣਾਂ ਰਾਤ ਦਿਨ ਜਿਵੇਂ ਮਰਜ਼ੀ ਫਿਰ ਸਕਦੀਆਂ ਨੇ। ਇੱਥੇ ਜਿਹੜੇ ਦੁਕਾਨਾਂ ਦੇ ਓਨਰ ਨੇ ਬਹੁਤ ਅੱਛੇ ਨੇ, ਔਰ ਇੱਥੇ ਜਿਤਨਾ ਅਮਲਾ ਕਰ ਕੰਮ ਕਰ ਰਿਹਾ ਉਹ ਬਹੁਤ ਅੱਛਾ ਹੈ। ਔਰ ਰੂਪ ਬਸਾਲ ਸਾਹਿਬ ਮੇਰੇ ਬੜੇ ਪਿਆਰੇ ਵੀਰ ਨੇ ਜਨਾਬ, ਪੂਰੀ ਦੁਨੀਆ ਨੇ ਜਾਣਦੀ ਹੈ ਕਿ ਮੇਰੇ ਹਰ ਗਾਣੇ 'ਚ ਵੀ ਆਉਂਦੇ ਨੇ। ਇਹ ਜਨਾਬ ਜ਼ਿਲ੍ਹਾ ਮੰਡੀ ਬਾਵਲਦੀਨ, ਲੋਕ ਇਹਨਾਂ ਦਾ ਬਸਾਲ ਹੈ, ਔਰ ਉੱਥੇ ਇਹ ਸਾਰਾ ਇੰਚਾਰਜ ਹੀ ਇਹਨਾਂ ਕੋਲ ਹੈ। ਔਰ ਮੈਂ ਕਹਿੰਦਾ ਕਿ ਇਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਦਾ ਵਾਂ ਕਿ ਰੂਪ ਬਸਾਲ ਜਿਹਾ ਬੰਦਾ ਇੱਥੇ ਕੰਟਰੋਲ ਕਰ ਰਿਹਾ, ਔਰ ਸਭ ਨਾਲ ਪਹਿਲੇ ਲੋਕਾਂ ਨੂੰ ਦੱਸਦਾ ਕਿ ਯਾਰ ਅੰਦਰ ਵੀਡੀਓ ਨਾ ਬਣਾਇਆ ਕਰੋ ਤਾਂ ਕਿ ਕਿਸੇ ਦੀ ਮਾਂ ਭੈਣ ਦੀ ਤਸਵੀਰ ਨਾ ਆ ਜਾਵੇ, ਔਰ ਸਖਤੀ ਨਾਲ ਮਨ੍ਹਾ ਕਰਦੇ ਨੇ, ਔਰ ਲੋਕਾਂ ਨੂੰ ਖੁਦ ਟਾਈਮ ਦਿੰਦੇ ਨੇ। ਮੈਂ ਰੂਪ ਬਸਾਲ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਵਾਂ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਇੰਨਾ ਟਾਈਮ ਦਿੱਤਾ। ਅੱਛਾ ਸ਼ਾਹਿਦ ਭਾਈ, ਤੁਹਾਡੀ ਇਟਲੀ ਬੜੀ ਮਸਰੂਫੀਅਤ ਨੇ, ਮੈਂ ਵੇਖਿਆ ਪਾਕਿਸਤਾਨ ਦੇ ਵੀ ਉਸ ਤੋਂ ਡਬਲ ਮਸਰੂਫੀਅਤ, ਕੀ ਮਹਿਸੂਸ ਕਰ ਰਹੇ ਹੋ? ਭਾਈ ਜਾਨ, ਲੋਕ ਪਿਆਰ ਕਰਦੇ ਨੇ, ਅਸੀਂ ਇਹਨਾਂ ਲੋਕਾਂ ਦੇ ਅਸੀਂ ਨੌਕਰ ਹਾਂ, ਤਾਬੇਦਾਰ ਹਾਂ, ਜਿਨ੍ਹਾਂ ਨੇ ਸਾਨੂੰ ਪੂਰੀ ਦੁਨੀਆ 'ਚ ਫੇਮਸ ਕੀਤਾ। ਅਸੀਂ ਉਹ ਸਟਾਰ ਨਹੀਂ ਹੈ, ਵੇਖਿਆ ਮੇਰੀ ਭੈਣ ਕਦੀ ਵੇਖਦੇ ਹੋ ਕਿਸੇ ਨਾਲ ਸਲੋਮੋ ਬਣਾ ਰਹੀ ਹੁੰਦੀ ਹੈ? ਸਾਨੂੰ ਲੋਕ ਉੱਤੇ ਲੈ ਕੇ ਆਏ ਨੇ, ਅਸੀਂ ਇਹਨਾਂ ਲੋਕਾਂ ਨੂੰ, ਅਸੀਂ ਇਹਨਾਂ ਦੇ ਨੌਕਰ ਹਾਂ, ਅਸੀਂ ਕੋਈ ਸਟਾਰ ਨਹੀਂ। ਸਟਾਰ ਤਾਂ ਸਾਡੀ ਜਨਤਾ ਵੇ ਜਿਹੜੀ ਸਾਨੂੰ ਲਾਈਕ ਕਰਦੀ ਹੈ, ਸਾਨੂੰ ਫਾਲੋ ਕਰਦੀ ਹੈ। ਅਸੀਂ ਉਹ ਸਟਾਰ ਨਹੀਂ ਕਿ ਸਟਾਰ ਬਣ ਕੇ ਅਮੈਰੀਕਾ ਟੁਰ ਜਾਈਏ, ਜਾਂ ਕਿਧਰ ਦੁਬਈ ਬਹਿ ਜਾਈਏ, ਜਾਂ ਬੈਲਜੀਅਮ ਬਹਿ ਜਾਈਏ। ਅਸੀਂ ਵੀਡੀਓ ਬਣਾਉਣੀ, ਆਪਣੇ ਮੁਲਕ 'ਚ ਬਣਾਉਣੀ ਹੈ। ਅਸੀਂ ਜ਼ਿਲ੍ਹੇ ਸਰਗੋਧੇ ਨੂੰ ਪਿਆਰ ਕਰਦੇ ਹਾਂ, ਪਾਕਿਸਤਾਨ ਨੂੰ ਪਿਆਰ ਕਰਦੇ ਹਾਂ, ਔਰ ਜਿਤਨੀ ਵੀ ਆਵਾਮ ਹੈ ਉਹਨਾਂ ਨੂੰ ਪਿਆਰ ਕਰਦੇ ਹਾਂ। ਇਹ ਜਨਾਬ ਮੇਰੇ ਨਾਲ ਸਫਦਰ ਪਟਵਾਰੀ ਸਾਹਿਬ ਨੇ ਜੀ, ਬੜੇ ਅੱਛੇ ਟਿਕਟੋਕਰ ਨੇ ਜੀ, ਬੜਾ ਪਿਆਰਾ ਭਾਈ ਹੈ, ਔਰ ਜਦੋਂ ਵੀ ਮੈਂ ਪਾਕਿਸਤਾਨ ਆਉਂਦਾ ਸਪੈਸ਼ਲ ਟਿਕਟ ਕਰਾ ਕੇ ਪਾਕਿਸਤਾਨ ਆ ਜਾਂਦੇ ਨੇ। ਮਾਸ਼ਾਅੱਲਾ, ਬਹੁਤ ਬਹੁਤ ਸ਼ੁਕਰੀਆ ਸ਼ਹਿਦ ਭਾਈ, ਅੱਲਾਹ ਤਾਲਾ ਤੁਹਾਨੂੰ ਮਜ਼ੀਦ ਇਸ ਤਰ੍ਹਾਂ ਤਾਂ ਫਰਮਾਏ। ਅਲੇ ਸਰਗੋਧੇ ਦੇ ਨਾਂ ਕੋਈ ਪੈਗਾਮ? ਮੈਂ ਸਰਗੋਧੇ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਬ੍ਰਾਂਡ ਹੋ, ਜਿਵੇਂ ਸਾਡਾ ਮਾਲ ਆਫ ਸਰਗੋਧਾ ਬ੍ਰਾਂਡ ਹੈ ਨਾ, ਤੁਸੀਂ ਵੀ ਬ੍ਰਾਂਡ ਹੋ, ਇੱਕ ਵਾਰੀ ਟਿਕਟੋਕ ਨੂੰ ਹਿਲਾ ਦਿਓ। ਪਾਕਿਸਤਾਨ ਦੇ ਜ਼ਿਲ੍ਹੇ ਸਾਰੇ ਹੀ ਅੱਛੇ ਨੇ, ਲੇਕਿਨ ਸਰਗੋਧੇ ਵਾਲਿਓ ਤੁਹਾਡਾ ਇੱਕ ਲਕਬ ਹੈ ਕਿ ਤੁਸੀਂ ਸ਼ਹੀਨਾਂ ਦੇ ਸ਼ਹਿਰ ਸਰਗੋਧੇ ਦੇ ਹੋ, ਹੱਸਦੇ ਰਹੋ ਅਤੇ ਵੱਸਦੇ ਰਹੋ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।